मैडम ये बच्चे की नाम केड़ा बेबी का बेबी का केड़ा बेबी का है गुड़िया बेबी होन हुई या पहले हुई जेड़ा पहले दस्त सी पहला ने बेबी बाद च हुई है तो पहले जेड़ा बेबी तो उपर दस्त सी वो मिस्टेक लग गई थोड़ी जी भी मैंने ओदा कुड़ी दा नाम लिखवाया हां हां जी ਤੇ ਤੁਸੀਂ ਗਲਤ ਵਿਵਹਾਰ ਵੀ ਕੀਤਾ ਇਹਨਾਂ ਨੇ ਤੁਹਾਡੇ ਦਾ ਆਰੋਪ ਲਾ ਰਹੇ ਨੇ ਗਲਤ ਵਿਵਹਾਰ ਕੀਤਾ ਤੁਸੀਂ ਬਹੁਤ ਗਲਤ ਬੋਲੇ ਇਹਨਾਂ ਨੇ ਨਹੀਂ ਅਸੀਂ ਤਾਂ ਕੁਛ ਵੀ ਨਹੀਂ ਬੋਲੇ ਨਹੀਂ ਉਹ ਆਪਣੇ ਜਿਹੜੇ ਡਾਕਟਰ ਬੋਲੇ ਜੀ ਮੈਂ ਤਾਂ ਕੁਛ ਨਹੀਂ ਬੋਲੇ ਠੀਕ ਮੈਂ ਕਿ ਤੁਹਾਡੇ ਕੋਲ ਨੂੰ ਇਮੀਡੀਏਟ ਦੇ ਉਹਨੂੰ ਸਸਪੈਂਡ ਕੀਤਾ ਜਾਵੇ ਤਾਂ ਠੀਕ ਹੈ ਮੈਂ ਗੁੱਟਾ ਜੀ ਇਹ ਇਹ ਡਾਕਟਰ ਲੋਕ ਜਿਹੜੇ ਸਾਡੇ ਇੱਥੇ ਬੱਚੇ ਚੇਂਜ ਕਰਦੇ ਆ ਦੱਸੋ ਨਵੇਂ ਨਵੇਂ ਪਖੰਡ ਪਾ ਲਿਆ ਨਹੀਂ ਬੱਚਾ ਚੇਂਜ ਕਰਦਾ ਸੀਗਾ ਡਾਕਟਰ ਲੱਗਾ ਨਾ ਮੇਰਾ ਨਾਮ ਪ੍ਰੇਮ ਸਿੰਘ ਮੈਂ ਸੈਨ ਸਕੂਲ ਜਾ ਰਿਹਾ ਸੈਨ ਸਕੂਲ ਤੋਂ ਅਤੇ ਡਾਕਟਰ ਪਰਮਿੰਦਰ ਕੌਰ ਦਾ ਉਹ ਕੁੜੀ ਪੇਸ਼ੈਂਟ ਕਰ ਰਹੀ ਹੈ ਉਹ ਕਹਿੰਦੀ ਸਾਨੂੰ ਦੱਸਿਆ ਤੁਹਾਡੇ ਲੜਕੀ ਹੋਈ ਹੈ ਅਸੀਂ ਲੜਕੀ ਫੜ ਲਏ ਜਦਕਿ ਕੁੜੀ ਦੇ ਨਿਰਵੀ ਹੋਈ ਨਹੀਂ ਹਲੇ ਨਿਰਵੀ ਹੋਣ ਤੋਂ ਪਹਿਲਾਂ ਸਾਨੂੰ ਕੁੜੀ ਕੋਈ ਹੋਰ ਵੀ ਫੜਾ ਦਿੱਤੀ ਇਹਨਾਂ ਨੇ ਇੱਕ ਮੇਨ ਜੇ ਲੜਕੀ ਲੜਕਾ ਹੁੰਦਾ ਤਾਂ ਉਹਨੇ ਚੇਂਜ ਕਰਨਾ ਸੀਗਾ ਲੜਕੀ ਫੜਾ ਦਿੱਤੀ ਤੁਹਾਡੀ ਲੜਕੀ ਆ ਜੀ ਲੜੇ ਹੈ ਜਦੋਂ ਸਾਡੀ ਬੇਟੀ ਦੇ ਬਾਅਦ ਬੇਟੀ ਹੋਈ ਨਾ ਤੇ ਫਿਰ ਸਾਨੂੰ ਕਿਹਾ ਨਹੀਂ ਕਿ ਤੁਹਾਡੀ ਬੇਟੀ ਦੇ ਬੇਟੀ ਹੋਣੀ ਹੈ ਅੱਜ ਤੁਹਾਡੀ ਬੇਟੀ ਬੱਚਾ ਨਹੀਂ ਹੋਇਆ ਇਹ ਤੁਹਾਡੀ ਗਲਤੀ ਅੱਜ ਸਾਨੂੰ ਨਹੀਂ ਡਾਕਟਰ ਹੋਣ ਤੋਂ ਬਾਅਦ ਇੰਨੀ ਗਲਤੀ ਕਰਦੇ ਆ ਡਾਕਟਰ ਗਲਤੀ ਕਰੀ ਜਾਂ ਮੈਂ ਕੀ ਕਰ ਸਕਦਾ ਇਹ ਡਾਕਟਰ ਆਏ ਹਾਰੇ ਕਿ ਇਹ ਮੇਰੇ ਸਾਡੀ ਬੇਨਤੀ ਹੈ ਡਾਕਟਰ ਨੂੰ ਉੱਥੇ ਕੱਢਿਆ ਜਾਵੇ ਕਿਉਂ ਕੀਤਾ ਜਾਵੇ ਹਜ਼ਾਰ ਸਿੰਘ ਇੱਕ ਮਿੰਟ ਲਈ ਡਾਕਟਰ ਕੋਲ ਜਾਣੀ ਚਾਹੀਦੀ ਹੈ ਡਾਕਟਰ ਪਰਮਿੰਦਰ ਕੌਰ ਪਰਮਿੰਦਰ ਪਰਮਿੰਦਰ ਕੌਰ ਉਹ ਮੈਨੂੰ ਕਹਿੰਦੀ ਆਪਣੇ ਚੱਕਰ ਲੈ ਜਾਣਾ ਕੁੜੀ ਨੂੰ ਆਪਣੇ ਘਰ ਘਰ ਲੈ ਜਾਓ ਦੱਸੋ ਆਪਣੇ ਆਪਰੇਸ਼ਨ ਕਰਨ ਤੋਂ ਬਾਅਦ ਬੱਚਾ ਘਰ ਜਾਂਦਾ ਡਾਕਟਰ ਨੂੰ ਦੱਸ ਦਿਓ ਹੋਸਪਿਟਲ ਕਹਿੰਦੀ ਕੁੜੀ ਨੂੰ ਲੈ ਜਾਓ ਆਪਣੇ ਘਰ ਚੱਕ ਕੇ ਅਸੀਂ ਕੁਛ ਨਹੀਂ ਕਰਨਾ ਹੈਗਾ ਕਹਿੰਦੇ ਆਪਣੀ ਗੱਲ ਤੋਂ ਫਸ ਗਏ ਬਾਅਦ ਜੇ ਕੁੜੀ ਲੜਕੀ ਕੁੜੀ ਹੋਈ ਨਾ ਕਹਿੰਦੇ ਪਹਿਲੇ ਕੁੜੀ ਗਲਤੀ ਨਾ ਆ ਗਈ ਹੈ ਏਡੀ ਏਡੀ ਗਲਤੀ ਅਸੀਂ ਸਾਡੀ ਇਹੀ ਬੇਨਤੀ ਹੈ ਡਾਕਟਰ ਨੂੰ ਉੱਥੇ ਲਾਇਆ ਜਾਵੇ ਮੇਰਾ ਨਾਮ ਹਨੀ ਹੈ ਜੀ ਮੈਂ ਇੱਥੇ ਆਪਣੇ ਅਜੀਤ ਨਗਰ ਦਾ ਰਹਿਣ ਵਾਲਾ ਜੀ ਮਾਮਲਾ ਇਹ ਹੈ ਜੀ ਮੇਰੇ ਵਾਈਫ ਦੀ ਡਿਲੀਵਰੀ ਸੀਗੀ ਅਤੇ ਅਸੀਂ ਸਿਵਲ ਹੋਸਪਿਟਲ ਆਏ ਸੀਗੇ ਜੀ ਡਿਲੀਵਰੀ ਕਰਵਾਉਣ ਅਤੇ ਡਿਲੀਵਰੀ ਕਰਵਾਉਣ ਆਏ ਸੀਗੇ ਅਤੇ ਐਕਚੁਅਲੀ ਪਹਿਲਾਂ ਵੀ ਇੱਥੇ ਇੱਕ ਨਾ ਡਿਲੀਵਰੀ ਹੋ ਰਹੀ ਸੀਗੀ ਅਤੇ ਵਾਈਫ ਵੀ ਨਾਲ ਉਹਨਾਂ ਨੇ ਕੀਤੀ ਸੀ ਇਕੱਠਾ ਆਪਰੇਸ਼ਨ ਕਰ ਰਹੇ ਸੀਗੇ ਅਤੇ ਮੈਨੂੰ ਕੋਈ ਬੇਬੀ ਦਿੱਤੀ ਇਹਨਾਂ ਨੇ ਨਾ ਕਹਿੰਦੇ ਤੁਹਾਡੀ ਲੜਕੀ ਹੋ ਗਈ ਆ ਅਤੇ ਮੈਂ ਲੱਲੀ ਕਹਿੰਦੇ ਲੜਕੀ ਹੋਈ ਆ ਮੈਂ ਲੜਕੀ ਪੜ੍ਹ ਲਈ ਲੜਕੀ ਹੋਈ ਹੈ ਜੀ ਅਤੇ ਅਸੀਂ ਖੁਸ਼ੀਆਂ ਮਨਾਈਆਂ ਵਧੀਆ ਕਿ ਸਾਡੀ ਲੜਕੀ ਹੋ ਗਈ ਹੈ ਜੀ ਅਤੇ ਥੋੜ੍ਹੀ ਦੇਰ ਬਾਅਦ ਕਹਿੰਦੇ ਤੁਹਾਡੀ ਲੜਕੀ ਨਹੀਂ ਹੈਗੀ ਜੀ ਅਤੇ ਥੋੜ੍ਹੀ ਦੇਰ ਬਾਅਦ ਸਾਨੂੰ ਕਹਿੰਦੇ ਤੁਹਾਡੀ ਲੜਕੀ ਨਹੀਂ ਹੋਈ ਤੁਹਾਡੇ ਆਹ ਬੱਚਾ ਅੰਦਰ ਵਾ ਤੁਹਾਡੇ ਵੀ ਲੜਕੀ ਹੋਈ ਆ ਮਤਲਬ ਕਿ ਇਨ ਕੇਸ ਜੋ ਮੈਨੂੰ ਦਿੰਦੇ ਮੇਰਾ ਲੜਕਾ ਹੁੰਦਾ ਤੇ ਇਹਨਾਂ ਚੇਂਜ ਕਰ ਦੇਣਾ ਸੀਗਾ ਇੱਥੇ ਇਹ ਕੰਮ ਚੱਲਦੇ ਆ ਬੱਚਾ ਚੇਂਜ ਕਰ ਦਿਓ ਜੀ ਕਿ ਸਾਨੂੰ ਪਹਿਲੇ ਹੋਰ ਫੜਾ ਸੀ ਸਾਡਾ ਲੜਕਾ ਹੁੰਦਾ ਤੇ ਇਹਨਾਂ ਨੂੰ ਚੇਂਜ ਹੀ ਕਰ ਦੇਣਾ ਸੀਗਾ ਜੀ ਹਾਂਜੀ ਇਹਨਾਂ ਨੇ ਸਾਨੂੰ ਕੁੜੀ ਕਿਸੇ ਦੀ ਫੜਾ ਦਿੱਤੀ ਜੀ ਸਾਡੀ ਹੋਈ ਨਹੀਂ ਸੀ ਅਜੇ ਸਾਡਾ ਆਪਰੇਸ਼ਨ ਹੀ ਬਾਅਦ ਤੋਂ ਕੀਤਾ ਜੀ ਹਾਂਜੀ 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 ਉਹ ਪਤਾ ਨਹੀਂ ਕਿੱਥੇ ਰਹਿਣ ਵਾਲਾ ਜੀ ਮਤਲਬ ਇਹੀ ਗੱਲ ਹੈ ਕੰਮ ਇੱਥੇ ਚੱਲ ਰਿਹਾ ਜੀ ਇਹੋ ਜਿਹਾ ਕਿ ਅਗਰ ਸਾਡੇ ਮੁੰਡਾ ਆਉਂਦਾ ਇਹਨਾਂ ਨੇ ਉਹਨਾਂ ਨੂੰ ਦੇਣਾ ਹੀ ਪੈਸੇ ਲੈ ਲੈਣਾ ਸੀ ਮਤਲਬ ਇਹ ਕੰਮ ਚੱਲ ਰਿਹਾ ਇੱਥੇ ਚੇਂਜ ਕਰ ਦੇ ਰਹੇ ਬੱਚੇ ਦੇ ਇੱਥੇ ਇੱਥੇ ਸਿਵਲ ਹਸਪਤਾਲ ਦੇ ਕੰਮ ਹੋ ਰਿਹਾ ਵਾ ਅੱਜ ਕੱਲ੍ਹ ਅੱਜ ਦੀ ਗੱਲ ਹੈ ਜੀ ਹੁਣੀ ਬਸ ਇੱਕ ਘੰਟੇ ਪਹਿਲੇ ਦੀ ਗੱਲ ਹੈ ਜੀ ਹਸਪਿਟਲ ਸਰਕਾਰੀ ਹਸਪਿਟਲ 'ਚ ਵਾਕਿਆ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਦਸ਼ਾ ਸੀ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਬੋਰਨ ਹੋਣ ਤੋਂ ਪਹਿਲਾਂ ਹੀ ਦੇ ਦਿੱਤਾ ਉਹਨਾਂ ਨੂੰ ਖਦਸ਼ਾ ਸੀ ਕਿ ਸ਼ਾਇਦ ਅਗਰ ਜੇ ਬੋਏ ਹੁੰਦਾ ਤਾਂ ਐਕਸਚੇਂਜ ਕੀਤਾ ਹੋ ਜਾਂਦਾ ਇਹ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਸਾਰੇ ਮਾਂ ਮੈਂ ਪਤਾ ਕੀਤਾ ਹੈਗਾ ਜਿਹੜੀ ਕਲਾਸ 4 ਸੀ ਜਿਹਨੇ ਹੈਂਡ ਓਵਰ ਕੀਤਾ ਨਾ ਕਿ ਸਟਾਫ ਨੇ ਬੱਚਾ ਦਿੱਤਾ ਉਹਨੂੰ ਇਹ ਗਲਤੀ ਲੱਗੀ ਕਿ ਉਹਦੇ ਪੇਰੈਂਟ ਬੀਜੇ ਹੈ ਉਹ ਥੋੜ੍ਹੀ ਜਿਹੀ ਹੈਗੀ ਹੈ ਮਿਸਅੰਡਰਸਟੈਂਡਿੰਗ ਉਹ ਜਿਹੜਾ ਬੱਚਾ ਜਿਹਦਾ ਗੱਲ ਕਰ ਰਹੇ ਹੈ ਔਰ ਉਹਨਾਂ ਨੂੰ ਉਹਦੀ ਵਾਈਫ ਨੂੰ ਸਾਹਮਣੇ ਉਹਨੇ ਦਿਖਾ ਦਿੱਤਾ ਸੀ ਉਹਦੇ ਤਾਂ ਰੇਡੀ ਨਹੀਂ ਹੋਇਆ ਸੀ ਅਜੇ ਤਾਂ ਉਹਨਾਂ ਨੂੰ ਉਹਨਾਂ ਦੀ ਵਾਈਫ ਨੇ ਵੀ ਕਿਹਾ ਹਾਂ ਕੋਈ ਗੱਲ ਨਹੀਂ ਹੈਗੀ ਅਸੀਂ ਮੈਨੂੰ ਉਹ ਸਾਰੀ ਜਿਹੜੀ ਡਿਫਰੈਂਸਿਸ ਹੈਗੇ ਆ ਉਹ ਕਮਿਊਨੀਕੇਸ਼ਨ ਗੈਪ ਕਰਕੇ ਹੋਏ ਆ ਔਰ ਉਹਨਾਂ ਨੂੰ ਪਤਾ ਹੈਗਾ ਸਰ ਸੋ ਕੀ ਇਹ ਮੰਨਿਆ ਜਾਵੇ ਇਹ ਉਹ ਇਨਸੀਡੈਂਟ ਹੋਇਆ ਜਾਂ ਟੈਂਸ਼ਨਲੀ ਕੋਈ ਸੀ ਪਿੱਛੇ ਇਹੋ ਜਿਹੇ ਐਕਸੀਡੈਂਟਲ ਚੀਜ਼ਾਂ ਹੋ ਸਕਦੀਆਂ ਕਦੀ ਅਨਪੜ੍ਹ ਜਿਹੜਾ ਹੈਗਾ ਬਾਹਰ ਕੋਈ ਬੰਦਾ
ਉਹਨੂੰ ਕੀ ਪਤਾ ਕੌਣ ਕੀ ਹੈਗਾ। ਹੈਂਡਓਵਰ ਕਿਸਨੇ ਕੀਤਾ ਬੱਚਾ? ਤਾਂ ਕਿ ਸਟਾਫ ਨੇ ਕੀਤਾ ਨਾ, ਸਟਾਫ ਨੂੰ ਇਹ ਲੱਗਾ ਕਿ ਹਾਂ ਵੀ ਇਹਦਾ ਬੱਚਾ, ਉਹਨੂੰ ਪਤਾ ਨਹੀਂ ਹੋਣਾ ਕਿ ਕਿਹਦਾ ਬੱਚਾ ਹੈਗਾ, ਪੁੱਛਿਆ ਹੋਣਾ ਨਾ ਉਹਨਾਂ ਨੇ, ਇਸ ਕਰਕੇ ਕਮਿਊਨੀਕੇਸ਼ਨ ਗਿਆ ਹੈਗਾ। ਪੇਸ਼ੈਂਟ ਨੇ ਔਰ ਰਿਲੇਟਿਵਸ ਨੇ ਦੇਖ ਲਿਆ ਹੈਗਾ, ਉਹਦਾ ਸਿਜ਼ੇਰੀਅਨ ਵੀ ਨਹੀਂ ਹੋਇਆ ਸੀ ਜਿਹਨੂੰ ਹੈਂਡਓਵਰ ਹੋਇਆ ਬੱਚਾ।